मैं थोड़ा अपना सुख जगराऊ दिल्ली थानू पता अंदोलन दे विच आए आ सो किड्डे जज्बा है बिंद्रे की दो गीत लिखने वाला जिथे मर्जी जा मटियारे नी साडे वालों छुट्टियां ने और चेता बिल्लां वालों सोई तुसी इह बंदा किन्ने परसेंट अपना 80% बहजोड़ के बावजूद इतने आ गया छड़े हजे भी मरे बैठे हो रदावे दस यार रदावे बोल यार जनानिया कहेंगे जनानिया पंजाब वाला जिहड़ा घरे बैठे आ आ देख बेचारा रोण लग गया रोणे नूं मैं पुछया क्यों आया नेड़े कर नेड़े कर आया क्यों आ हां बात वीर मैं एक गल दसां हां भाई जी अज जे साग तोड़दे आं सी और मुरे साग दा चल पियोड़ा साग जे किसान दे खेत च तां मजदूरां दे घरां च गरीब लोकां दे घरां च तां खत्तियां दे विचों मजदूरां दे घर च आउंदा जिमीदारां दे परिवारां दे ਜਿਹੜਾ ਕਿਸਾਨੀ ਕਰਦਾ ਚਾਹੇ ਮੈਂ ਨੀ ਕਹਿੰਦਾ ਬਿਲਕੁਲ ਉਹ ਕਿਸਾਨ ਹੈ ਪਰ ਮੈਂ ਕਿਹਾ ਵੀ ਜੇ ਹੁਣ ਤਾਂ ਪਹਿਲਾਂ ਅਸੀਂ 4 ਮਹੀਨੇ ਸਬਰ ਰੱਖਿਆ ਕਿ ਸਾਡੀ ਅੱਜ ਨੀ ਕੱਲ ਗੱਲ ਸੁਣੀ ਜਾਊ ਸਰਕਾਰ ਨੂੰ ਪਰ ਜਦ ਹੁਣ ਸਾਡੇ ਆਈ ਘਰੇ ਵੜ ਗਏ ਵੀ ਜਿਹੜਾ ਮਾੜਾ ਮੋਟਾ ਸਾਡਾ ਜਿੱਥੇ ਕਮਰੇ ਚ ਮੰਜਾ ਡੋਨੇ ਮੈਂ ਜੀ ਪਿੱਛੇ ਹੋ ਜਾਵੇ ਜਾਵੇ ਸਾਡਾ ਫਿਰ ਮੈਂ ਕਿਹਾ ਵੀ ਹੁਣ ਦਿੱਲੀ ਬਿੱਲੇ ਜਾਣਾ ਪੜ ਮੈਂ ਰਿਹਾ ਨਹੀਂ ਗਿਆ ਮੈਂ ਤੇ ਰਿਹਾ ਨਹੀਂ ਬਾਈ ਦੇ ਅੱਖਾਂ ਦੇਖੋ ਰੋਣ ਲੱਗ ਗਿਆ ਬਾਈ ਰੋਣ ਲੱਗ ਗਿਆ ਵਿੱਚ ਹੰਝੂ ਆ ਗਏ 90% ਆਵਾਜ਼ ਬੰਦਾ ਲਾ ਆ ਦੇਖ ਲਓ अच्छा बंदा रचेता की ने बी गीत नहीं सुनिया बिंद रखे जिथे मर्जी जा मचारे बिले एक सौ नौ दस गीत दूजा गीत कड़ा योजना वर्गा तेरा प्यार करे भाई सुखविंदर दो शब्द ਬਾਈ ਟੇਗਰ ਕੀ ਬੋਲਣ ਵਾਸਤੇ ਵੇਖੋ ਸ਼ਬਦ ਨਹੀਂ ਬੋਲਣ ਵਾਸਤੇ ਦੋ ਸ਼ਬਦ ਆ ਜਰੂਰ ਮੈਂ ਤੇ ਇਹ ਕਹੂੰਗਾ ਜਿਹੜੇ ਅਜੇ ਵੀ ਘਰੇ ਬੈਠੇ ਆ ਮੇਰੇ ਵੀਰ ਦੇਖ ਲੋ ਨਹੀਂ ਫਿਰ ਲੱਕ ਦੀ ਲਾਣ ਪਿੱਛੇ ਨੂੰ ਕਰ ਬਿੱਲੇ ਆ ਦੇਖੋ ਬਿੱਲੇ ਤੁਹਾਨੂੰ ਚੱਲ ਕੇ ਹੋਰ ਨਵੇਂ ਨਾਲ ਦੇਖੋ ਕਿਸ ਤਰੀਕੇ ਚੱਲਦਾ ਯਾਰ ਬੰਦਾ ਆ ਗਿਆ ਪਿੰਡੋਂ ਯਾਰ ਉੱਠ ਕੇ ਆ ਗਿਆ ਯਾਰ ਉਹ ਵੀ ਬਿੱਲੇ ਵਾਲੇ ਸੋਈ ਸਾਡਾ ਬੜਾ ਪੁਰਾਣਾ ਮਿੱਤਰ ਨਹੀਂ ਮੇਰਾ ਹੱਕ ਬਣਦਾ ਸੀ ਮੈਂ ਕਿਸੇ ਲਈ ਨਹੀਂ ਆਇਆ ਮੇਰੇ ਅੰਦਰੋਂ ਜ਼ਮੀਰ ਨਹੀਂ ਯਾਰ अग लगी आई जाते लोग चालीस साल की उम्र होगी कल भी मरना परसों भी मरना पता नहीं अपना एक कहने जो परमात्मा ने श्वास रखते कली आवे नान का सदर उठ जाए क्यों ना मरीये तो इथे आके हक लई मरीये समझ नहीं आती सो बिले बहुत तरह धन्यवाद जदो भी लोड हुई है कोई एक मैं तुम दस दाडे तो इन्होंने ਹੁਣ ਤਾਂ ਚਲੋ ਇੱਕ ਮਿੰਟ ਮੇਰੇ ਗੀਤ ਤੇ ਲੈਣਾ ਜਾਦੇ ਨੇ ਅੰਤਰਾ ਉਹਦੇ ਵਿੱਚ ਨਾ ਲਿਖਿਆ ਹੋਇਆ ਇੱਕ ਗੀਤ ਦੇ ਵਿੱਚ ਕਹਿੰਦਾ ਮੰਦਰ ਮਸਜਿਦ ਥੋੜ ਨਹੀਂ ਮੰਦਰ ਮਸਜਿਦ ਥੋੜ ਨਹੀਂ ਨਾ ਸਾਡਾ ਪਿੰਡ ਬਕਾਉ ਦੇ ਟੇਕ ਲਾਈਨ ਹੈਗੀ ਆ ਮੈਂ ਉਹਦੇ ਵਿੱਚ ਦੱਸਦਾ ਉਹਦੇ ਵਿੱਚ ਕਹਿੰਦਾ 4-5 ਨੇ ਗੁਰਦੁਆਰੇ ਮੰਦਰ ਮਸਜਿਦ ਥੋੜ ਨਹੀਂ ਵਿੱਚ ਸਕੂਲੇ ਢਹਿ ਦੀਆਂ ਸੱਤਾਂ ਚਲੋ ਉਹਨੇ ਹੀ ਤਾਂ ਬਹੁਤੀ ਲੋੜ ਨਹੀਂ ਪੰਜ ਸੱਤ ਬਾਬੇ ਪੁੱਛਿਆ ਦਿੰਦੇ ਹਰ ਇੱਕ ਪਿੱਛੇ ਲਾਊਗਾ ਲੈ ਲੋ ਭੋਂ ਦੇ ਭਾਅ ਵਿੱਚ ਮਿਲ ਜੂ ਕੋਈ ਸਾਡਾ ਪਿੰਡ ਇਹ ਗੱਲਾਂ ਲਸੋਈ ਪੁਰਾਣਾ ਗੀਤਕਾਰ ਬਿੰਦ ਰੱਖੀ ਉਹਨਾਂ ਨੇ ਤੇ ਗੀਤ ਲਾਏ ਨੇ ਸਾਡੇ ਪਿੰਡਾਂ ਦੇ ਹਾਲਾਤ ਵੀ ਇਹ ਜੇ ਕਰਦੇ ਅੱਜ ਨਹੀਂ ਤਾਂ ਕੱਲ ਪਿੰਡ ਵੀ ਖਰੀਦ ਲਿਓ ਠੀਕ ਹੈ ਜੀ ਪਰ ਅਸੀਂ ਪਿੰਡਾਂ 'ਚ ਵੜ ਨਹੀਂ ਦੇਣੇ ਉਹ ਤਾਂ ਫਿਰ ਉਹਦੇ ਖਾਤਰ ਤਾਂ ਇੱਥੇ ਕਿਉਂ ਆਉਣਾ ਪਿਆ ਬਾਈ ਜੀ ਮੈਂ ਤੁਹਾਡਾ ਸਾਰੇ ਕਿੰਨੇ ਵੀਰ ਆਪਣੀ ਵੀਡੀਓ ਕਿੱਥੇ ਤੱਕ ਪਹੁੰਚਦੀ ਆ ਇਹ ਅਸਲੀ ਸ਼ੇਰ ਆਇਆ ਸ਼ੇਰ ਜਿਹੜੇ ਘਰਾਂ 'ਚ ਬੈਠੇ ਉਹ ਗਿੱਦੜ ਆ ਗਿੱਦੜ ਇਹਨੂੰ ਦੇ ਕੇ ਕੁਛ ਸਿੱਖ ਲਓ ਤਾਂ ਸਿੱਖ ਲਓ ਆ ਨੌਜਵਾਨ ਦੇ ਲੋਨ ਕਿਹਨੂੰ ਨੌਜਵਾਨਾਂ ਨੂੰ ਆਪਾਂ ਕਿੰਨੇ ਨਹੀਂ ਨਸੇ ਆ ਅਮਲੀਆਂ ਨਸੇੜ ਹੀ ਨਹੀਂ ਹੈਗੇ ਇਹ ਦੇਸ਼ ਦੇ ਰੱਖਿਆ ਰੇ ਤੇ ਰੱਖੇ ਜਿਹੜੇ ਇੱਥੇ ਆ ਕੇ ਦੱਸਦੇ ਆ ਦੇਖੋ ਬਾਈ ਦਾ ਜਜ਼ਬਾ ਸਲਾਮ ਆ ਬਾਈ ਨੂੰ ਇਹ ਜੇ ਪੁੱਤ ਘਰ ਘਰ ਫਤਿਹ ਬੜਾਈਏ ਠੀਕ ਹੈ ਜੀ।